ਸੋ ਭਾਜਪਾ ਅਤੇ ਅਕਾਲੀ ਦਲ ਸਾਂਝੇ ਵਫਦ ਵੱਲੋਂ ਪੰਜਾਬ ਦੇ ਰਾਜਪਾਲ ਦੇ ਨਾਲ ਵੀ ਅੱਜ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਰਾਜਪਾਲ ਨੂੰ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿੱਚ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ ਸਮੇਤ ਹਰਿਆਣਾ ਦੇ ਲਈ ਵੱਖ ਗੁਰਦੁਆਰਾ ਕਮੇਟੀ ਬਾਰੇ ਕੈਪਟਨ ਸਰਕਾਰ ਦੇ ਹਲਫਨਾਮੇ ਤੋਂ ਬਾਅਦ ਬਣੇ ਹਾਲਾਤਾਂ ਤੇ ਆਪਣਾ ਇਤਰਾਜ਼ ਅਕਾਲੀ ਦਲ ਵੱਲੋਂ ਜਤਾਇਆ ਗਿਆ। ਅਕਾਲੀ ਦਲ ਨੇ ਇਸ ਦੌਰਾਨ ਹੋਰ ਵੀ ਕਈ ਸਵਾਲ ਚੁੱਕੇ। ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ ਮਾਮਲੇ ਦੀ ਜਾਂਚ ਦੇ ਮਸਲੇ ਨੂੰ ਲੈ ਕੇ ਅਕਾਲੀ ਦਲ ਅਤੇ ਬੀਜੇਪੀ ਦੇ ਵਫਦ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਸੁਖਬੀਰ ਸਿੰਘ ਬਾਦਲ ਨੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਸੀਐਮ ਦੇ ਸਲਾਹਕਾਰ ਕਿੱਕੀ ਢਿੱਲੋਂ ਨੂੰ ਅਹੁਦੇ ਤੋਂ ਹਟਾਇਆ ਜਾਏ। ਅਕਾਲੀ ਦਲ ਨੇ ਮੁੱਖ ਮੰਤਰੀ ਤੇ ਦੋਵਾਂ ਨੂੰ ਬਚਾਉਣ ਦੇ ਇਲਜ਼ਾਮ ਲਗਾਏ ਨੇ। ਅਕਾਲੀ ਦਲ ਨੇ ਕਿਹਾ ਕਿ ਪੀੜਿਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੇ ਲਈ ਜੇਕਰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਤਾਂ ਉਹ ਵੀ ਕਰਨਗੇ। ਤਾਂ ਉਧਰ ਬੀਜੇਪੀ ਦਾ ਇਲਜ਼ਾਮ ਹੈ ਕਿ ਸੁਰਜੀਤ ਸਿੰਘ ਦਾ ਪਰਿਵਾਰ ਡਰ ਚ ਜੀ ਰਿਹਾ, ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਉਧਰ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਏ। ਤਾਂ ਉਧਰ ਆਗੂ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਨੇ ਸੁਖਬੀਰ ਬਾਦਲ ਨੂੰ ਨਸੀਹਤ ਦਿੱਤੀ ਹੈ ਕਿ ਪਹਿਲਾਂ SGPC ਦੀਆਂ ਚੋਣਾਂ ਕਰਵਾਈਆਂ ਜਾਣ, ਉਸ ਦੇ ਬਾਅਦ ਕਿਸੇ ਦੂਜੇ ਮਸਲੇ ਨੂੰ ਚੁੱਕਿਆ ਜਾਏ। ਬਚਾਉਣ ਲੱਗੇ ਹੈ ਆਪਣੇ MLA ਤੇ ਮੰਤਰੀਆਂ ਰਾਹੀਂ ਸਰ ਕੀਤਾ, ਇਸ ਕਰਕੇ ਅੱਜ ਗਵਰਨਰ ਸਾਹਿਬ ਨੂੰ ਅਸੀਂ ਅਪੀਲ ਕੀਤੀ ਹੈ ਕਿ ਇਮੀਡੀਏਟਲੀ ਆਪਣੇ ਆਫਿਸਰ ਯੂਜ ਕਰਕੇ ਗੁਰਪ੍ਰੀਤ ਕਾਂਗੜ ਤੇ ਗੁਰਪ੍ਰੀਤ ਪਾਨਮਨ ਨੂੰ ਤਾਂ ਸਰਕਾਰ ਚੋਂ ਡਿਸਮਿਸ ਕੀਤਾ ਜਾਏ ਤੇ ਦੋਨਾਂ ਗੁਰਪ੍ਰੀਤ ਕਾਂਗੜ ਤੇ ਕਿੱਕੀ ਢਿੱਲੋਂ ਤੇ ਕੇਸ ਰਜਿਸਟਰ ਕੀਤਾ ਜਾਏ। ਤੇ ਅਸੀਂ ਅੱਜ ਆਹ ਵੀ ਐਲਾਨ ਕਰਦੇ ਹਾਂ ਜੇ ਇਹਨਾਂ ਨੇ ਨਹੀਂ ਕੀਤਾ ਅਸੀਂ ਹਾਈਕੋਰਟ ਜਾ ਕੇ ਅਸੀਂ ਕੋਰਟ ਦੇ ਦਰਵਾਜ਼ੇ ਵੀ ਖਟਕਾਵਾਂਗੇ। ਇਸ ਤਰੀਕੇ ਦੀ ਹੈਰਸਮੈਂਟ ਅਗਰ ਸਰਕਾਰ ਆਪਣੇ ਗਵਾਹਾਂ ਦੇ ਉੱਤੇ ਕਰੇਗੀ ਤਾਂ ਅਸੀਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਉੱਥੇ ਫਿਰ ਟ੍ਰਾਇਲ ਹੋਏਗੀ ਜਾਂ ਫਿਰ ਜਸਟਿਸ ਜਾਂ ਕੋਈ ਕੇਸ ਨੂੰ ਪ੍ਰੋਪਰਲੀ ਕੰਟੀਨਿਊ। ਔਰ ਜੇ ਇਸ ਤਰੀਕੇ ਨਾਲ ਇਸ ਤਰ੍ਹਾਂ ਦੇ ਇੰਪੋਰਟੈਂਟ ਕੇਸਿਸ ਦੇ ਗਵਾਹ ਮਰ ਜਾਵੇ ਜਾਂ ਮੁਲਜ਼ਮ ਮਰ ਜਾਵੇ, ਇਹ ਤਾਂ ਬੜੀ ਸਰਕਾਰ ਦੀ ਨੈਗਲੀਜੈਂਸ ਨਹੀਂ ਹੋ ਸਕਦੀ। ਔਰ ਜੋ ਅਸੀਂ ਮੰਗ ਰੱਖੀ ਹੈ, ਜੋ ਬਾਦਲ ਸਾਹਿਬ ਨੇ ਵੀ ਦੱਸੀ ਹੈ, ਮੈਂ ਵੀ ਉਸੇ ਨੂੰ ਦੁਹਰਾਉਣਾ ਕਿ ਸੀਵੇਜ ਤੋਂ ਬਿਨਾਂ ਇਹਦੀ ਪੜਤਾਲ ਨਹੀਂ ਹੋ ਸਕਦੀ। ਮੋਦੀ ਸਾਹਿਬ ਕੀ ਸਰਕਾਰ ਮੇਂ ਉਨਕੀ ਹਿੱਸੇਦਾਰੀ ਹੈ, ਤੁਰੰਤ ਜੋ ਹੈ ਸੁਖਬੀਰ ਸਿੰਘ ਬਾਦਲ ਕੋ ਹੈ, ਵਹਾਂ ਪੇ ਜਾਕਰ ਮੋਦੀ ਸਾਹਿਬ ਕੇ ਸਾਹਮਣੇ ਇਹ ਪ੍ਰਸਤਾਵ ਰੱਖਣਾ ਚਾਹੀਏ ਕਿ ਪੰਜਾਬ ਕੀ ਇਲੈਕਸ਼ਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਇਲੈਕਸ਼ਨ ਹੈ ਉਸਕੋ ਜੋ ਹੋਣੇ ਮੇਂ ਇਤਨਾ ਸਮਾਂ ਜ਼ਿਆਦਾ ਹੋ ਗਿਆ ਹੈ, ਟਾਈਮ ਓਵਰ ਹੋ ਗਿਆ ਹੈ ਔਰ ਤੁਰੰਤ ਡਿਕਲੇਅਰ ਕਰਵਾਉਣੀ ਚਾਹੀਏ, ਉਸਕੇ ਬਾਅਦ ਜੋ ਹੈ ਔਰ ਮੁੱਦੇ ਉਠਾਉਣੇ ਚਾਹੀਏ। ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ ਦੇ ਲਈ ਉਸਦੇ ਪਰਿਵਾਰ ਨੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਦੋਂ ਕਿ ਦੋਵੇਂ ਇਨ੍ਹਾਂ ਇਲਜ਼ਾਮਾਂ ਨੂੰ ਨਕਾਰ ਚੁੱਕੇ ਨੇ। ਚੰਡੀਗੜ੍ਹ ਤੋਂ ਕੁਲਵੀਰ ਦੀਵਾਨ ਦੇ ਨਾਲ ਨਿਊਜ਼ ਰਿਪੋਰਟ, ਸੀ ਮੀਡੀਆ।